ਕਿਹਾ ਜਾਂਦਾ ਕਿ ਫੈਸਲੇ ਜਿਹੜੇ ਹੁੰਦੇ ਨੇ ਉੱਤੋਂ ਹੋ ਕੇ ਆਉਂਦੇ ਨੇ, ਸਿਰਫ ਇੰਪਲੀਮੈਂਟ ਹੀ ਕਰਨੇ ਹੁੰਦੇ। ਇਹ ਤਾਂ ਮੈਨੂੰ ਨਹੀਂ ਪਤਾ ਜੀ, ਮੈਂ ਤਾਂ ਨਹੀਂ ਵੇਖਿਆ ਉੱਤੋਂ ਹੋ ਕੇ ਆਉਂਦਾ ਹੋਵੇ। ਨਹੀਂ ਸਾਡੇ ਕੋਲ ਤਾਂ ਕੋਈ ਰਿਮੋਟ ਰਿਮੋਟ ਨਹੀਂ ਲੱਗਿਆ ਜਿੱਥੇ ਚੱਲਦਾ ਹੋਵੇ। ਸਾਡਾ ਤਾਂ ਕੰਮ ਅਸੀਂ ਆਪ ਆਦਾਦਾਂ ਨਾਲ ਕੰਮ ਕਰਦੇ ਹਾਂ, ਸਾਡੇ ਨਾਲ ਕੋਈ ਸਾਡੇ 'ਚ ਕੋਈ ਦਿਲਚਸਪ ਕੋਈ ਮਤਲਬ ਉਹਨਾਂ ਦਾ ਦਖਲਅੰਦਾਜ਼ੀ ਨਹੀਂ ਕਿਸੇ ਦੀ ਵੀ। ਉਹ ਸਤਿਕਾਰਯੋਗ ਪਰਿਵਾਰ ਹੈ, ਬਾਦਲ ਸਾਹਿਬ ਦੀਆਂ ਬੜੀਆਂ ਵੱਡੀਆਂ ਦੇਣਾਂ ਨੇ, ਤੁਸੀਂ ਹੁਣ ਸਿੱਧੀ ਗੱਲ ਕਰਨੀ ਹੈ, ਉਹਨਾਂ ਨੇ ਬੜੀ ਵੱਡੀ ਕੁਰਬਾਨੀ ਕੀਤੀ ਹੈ। ਅਤੇ ਰਿਮੋਟ ਵਾਲਾ ਕੋਈ ਰਿਮੋਟ ਰਿਮੋਟ ਨਹੀਂ ਸਾਡੇ ਕੋਲ। ਨਹੀਂ ਉਹ ਸਰਬੱਤ ਖਾਲਸਾ ਹੀ ਨਹੀਂ, ਸਰਬੱਤ ਖਾਲਸਾ ਕਿਸੇ ਵਿਧੀ ਵਿਧਾਨ ਨਾਲ ਸੱਦਿਆ ਜਾਂਦਾ ਹੈ, ਕਿਸੇ ਕੌਮੀ ਸੰਕਟ ਦੇ ਮਾਨ ਕੌਮੀ ਸੰਕਟ ਦੇ ਸਮੇਂ 'ਤੇ ਸੱਦਿਆ ਜਾਂਦਾ ਹੈ, ਔਰ ਉਹਨੂੰ ਸੱਦਣ ਲਈ ਇੱਕ ਵਿਧਾਨ ਹੈ। ਸਰਬੱਤ ਖਾਲਸਾ ਇਸ ਤਰ੍ਹਾਂ ਨਹੀਂ ਵੀ ਕੁਛ ਲੋਕਾਂ ਦਾ ਇਕੱਠ ਕਰ ਲਿਆ, ਭਾਵਨਾਵਾਂ ਉਹਨਾਂ ਦੀਆਂ ਉਭਾਰ ਲਈਆਂ ਅਤੇ ਅਸੀਂ ਇਕੱਠ ਕਰ ਲਿਆ ਅਤੇ ਇਕੱਠ ਕਰਕੇ ਅਸੀਂ ਕਹਿ ਦਿੱਤਾ ਫਲਾਣਾ ਸਾਡਾ ਅਕਾਲ ਤਖ਼ਤ ਦਾ ਜਥੇਦਾਰ ਹੈ, ਫਲਾਣਾ ਸਾਡਾ ਦਮਦਮਾ ਸਾਹਿਬ ਦਾ ਜਥੇਦਾਰ ਹੈ, ਫਲਾਣਾ ਸਾਡਾ ਕੇਸਗੜ੍ਹ ਸਾਹਿਬ ਦਾ ਜਥੇਦਾਰ ਹੈ। ਕੌਣ ਪ੍ਰਵਾਨ ਕਰਦਾ? ਜਥੇਦਾਰ ਤਾਂ ਉਹ ਹੀ ਨੇ, ਕਿਉਂਕਿ ਇਹ ਸਾਰਾ ਜਿਹੜਾ ਹੱਕ ਹਕੂਕ ਹੈ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਬਣਦਾ। ਸੈਕਟਰੀ ਜਾਂ ਚੀਫ ਸੈਕਟਰੀ ਪ੍ਰਧਾਨ ਦੇ ਅਖਤਿਆਰਾਂ ਨੂੰ ਨਾ ਚੈਲੇਂਜ ਕਰ ਸਕਦਾ, ਨਾ ਉਹਨਾਂ ਨੂੰ ਇਸਤੇਮਾਲ ਕਰ ਸਕਦਾ। ਡੇਰਾਵਾਦ ਮੇਰੇ ਹੁੰਦਿਆਂ ਕੋਈ ਡੇਰਾਵਾਦ ਨਹੀਂ ਬਣਿਆ, ਜਿਹੜਾ ਪਹਿਲਾਂ ਬਣੇ ਸੀ ਉਹੀ ਉਹ ਬਣੇ ਰਹੇ। ਆਪਣੀ ਜਾਣ ਪਛਾਣ ਬਣਾਉਣ ਲਈ ਜਾਂ ਆਜ਼ਾਦੀ ਆਪਣੀ ਮਸ਼ਹੂਰੀ ਖੱਟਣ ਲਈ ਆਪਾਂ ਨੂੰ ਕੋਈ ਅਕਾਲ ਤਖ਼ਤ ਸਾਹਿਬ ਦੇ ਨਾਲ ਟਕਰਾਅ ਨਹੀਂ ਕਰਨਾ ਚਾਹੀਦਾ, ਕੋਈ ਅਕਾਲ ਤਖ਼ਤ ਸਾਹਿਬ ਦੇ ਹੁਕਮ ਆਦੇਸ਼ ਦੀ ਪਾਲਣਾ ਤੋਂ ਮੁਨਕਰ ਨਹੀਂ ਹੋਣਾ ਚਾਹੀਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਸਰਬੱਤ ਖਾਲਸਾ ਅਤੇ ਬਾਦਲ ਪਰਿਵਾਰ ਦੀ ਸ਼੍ਰੋਮਣੀ ਕਮੇਟੀ 'ਚ ਦਖਲ ਅੰਦਾਜ਼ੀ ਬਾਰੇ ਕੀ ਕਿਹਾ। ਵੇਖੋ ਅਵਤਾਰ ਸਿੰਘ ਮੱਕੜ ਦਾ ਪੂਰਾ ਇੰਟਰਵਿਊ ਸਾਡੇ ਖਾਸ ਪ੍ਰੋਗਰਾਮ ਰੂਬਰੂ ਵਿੱਚ ਅੱਜ ਸ਼ਾਮ 7 ਵਜੇ ਸਿਰਫ ਪੰਜਾਬ ਟੂਡੇ ਚੈਨਲ 'ਤੇ।